ਦੀਵਾਲੀ ਵਾਲੇ ਦਿਨ ਅਬੋਹਰ ਵਿੱਚ NRI ਬਲਕਰਨ ਸਿੰਘ ਦੀ ਹੋਈ ਹੱਤਿਆ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਜ਼ਿਕਰਯੋਗ ਹੈ ਕਿ ਬਲਕਰਨ ਸਿੰਘ NRI ਦੀਵਾਲੀ ਵਾਲੇ ਦਿਨ ਸੁਬਾਹ ਆਪਣੇ ਖੇਤਾਂ ਵਿੱਚ ਸੈਰ ਕਰ ਰਿਹਾ ਸੀ ਕਿ ਅਚਾਨਕ ਹਥਿਆਰਿਆਂ ਨੇ ਗੋਲੀਆਂ ਚਲਾ ਕੇ ਉਸ ਦੀ ਮੌਤ ਨੂੰ ਅੰਜਾਮ ਦੇ ਦਿੱਤਾ। ਮ੍ਰਿਤਕ ਸ਼ਰਾਬ ਦਾ ਠੇਕੇਦਾਰ ਸੀ ਅਤੇ ਵਿਦੇਸ਼ਾਂ ਵਿੱਚ ਵੀ ਬਹੁਤ ਵੱਡਾ ਕਾਰੋਬਾਰ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਚਾਰਾਂ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦਾ ਕਹਿਣਾ ਹੈ ਕਿ ਬਲਕਰਨ ਸਿੰਘ ਨੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਰੱਖਿਆ ਸੀ, ਜਿਸ ਕਰਕੇ ਉਹ ਭੁੱਖੇ ਮਰਨ ਨੂੰ ਮਜਬੂਰ ਸਨ, ਜਿਸ ਦੇ ਚਲਦਿਆਂ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਬਈ ਉਹ ਸਾਡੀ ਸਾਰੀ ਜ਼ਮੀਨ ਤਾਂ ਕਬਜ਼ਾ ਕਰ ਗਿਆ ਸੀਗਾ ਬਲਕਰਨ, ਠੀਕ ਹੈ। ਹੁਣ ਭੁੱਖੇ ਮਰਨ ਨਾਲੋਂ ਤਾਂ ਫਿਰ ਇਹਨੂੰ ਕਰਨਾ ਹੀ ਸੀਗਾ, ਕੋਈ ਪਲੈਨਿੰਗ ਨਹੀਂ। 12 ਬੋਰ ਨਾਲ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਦੇ ਖੇਤਾਂ 'ਚ ਮਰਡਰ ਹੋ ਗਿਆ ਸੀ ਅਤੇ ਉਹਦੇ ਵੱਡੇ ਭਰਾ ਵੱਲੋਂ FIR ਦਰਜ ਕਰਾਈ ਗਈ ਸੀ। ਬਲਜੀਤ ਸਿੰਘ, ਉਹਦਾ ਨਾਮ ਬਲਜੀਤ ਸਿੰਘ ਹੈ। ਸਾਡੇ ਵਾਸਤੇ ਬੜਾ ਇੱਕ ਕਿਉਂਕਿ NRI ਦਾ ਮਰਡਰ ਸੀ, ਬੜਾ ਵੱਡਾ ਚੈਲੰਜ ਸੀ ਅਤੇ ਪਰ SSP ਸਾਹਿਬ ਨੇ ਆਪਣੀ ਪਰਸਨਲ ਸੁਪਰਵੀਜ਼ਨ ਦੇ ਵਿੱਚ ਐਫਰਟਸ ਕਰਕੇ ਅੱਜ ਉਹਨਾਂ ਚਾਰ ਬੰਦਿਆਂ ਦੇ ਵਿੱਚੋਂ ਦੋ ਬੰਦੇ, ਇੱਕ ਤਾਂ ਹੈ ਕੁਲਵੀਰ ਸਿੰਘ, ਪੁੱਤਰ ਹਰਵੀਰ ਸਿੰਘ ਵਾਸੀ ਸੂਰੀ ਨਗਰੀ, ਅਤੇ ਦੂਸਰਾ ਹੈ ਦਰਸ਼ਨ ਸਿੰਘ ਲਾਹੌਰੀਆ, ਪੁੱਤਰ ਨਰਿੰਦਰ ਸਿੰਘ ਵਾਸੀ ਨੇੜੇ ਸੱਚਖੰਡ ਸਕੂਲ ਹਿੰਦੂ ਮਲਕੋਟ ਰੋਡ ਅਬੋਹਰ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਦੇਸ਼ ਵਿਦੇਸ਼ TV ਲਈ ਅਬੋਹਰ ਤੋਂ ਸੁਰਿੰਦਰ ਗੋਇਲ ਦੀ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। ਦੀਦੀ, ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ, ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ, ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮ ਮੇਰੇ ਸਾਲ ਪੰਜਾਬੀ ਸਕਰੀਨ।